ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ ਨਵੀਂ ਮੁੰਬਈ ਵਿਖੇ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਨਵੀਂ ਮੁੰਬਈ ਦੇ ਗੁਰਦੁਆਰਾ ਸਾਹਿਬਾਨ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ, ਸੇਵਕ ਜਥਿਆਂ ਅਤੇ ਸਾਧ ਸੰਗਤ ਦੇ ਪੂਰਨ ਸਹਿਯੋਗ ਨਾਲ ਨਵੇਂ ਨਾਨਕਸ਼ਾਹੀ ਸੰਮਤ 556 ਦੀ ਆਰੰਭਤਾ ਦੀਆਂ ਖੁਸ਼ੀਆਂ ਵਿੱਚ ਗੁਰਬਾਣੀ ਕਥਾ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਹਰ ਜਸ ਨਾਲ ਨਿਹਾਲ ਕੀਤਾ। ਇਸ ਬਾਬਤ ਵਧੇਰੇ ਜਾਣਕਾਰੀ ਦਿੰਦੇ ਹੋਇਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ ਮੁੰਬਈ ਚ ਗੁਰਮਤਿ ਸਮਾਗਮ ਦਾ ਆਯੋਜਨ ਨਾਨਕਸ਼ਾਹੀ 556 ਨਵੇਂ ਸਾਲ ਦੇ ਮੌਕੇ ਨਵੀਂ ਮੁੰਬਈ ਸੁਪਰੀਮ ਕੌਂਸਲ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਚ ਕਰਵਾਇਆ ਗਿਆ। ਇਸ ਮੌਕੇ ਢਾਡੀ ਜਥੇ, ਰਾਗੀ ਜਥੇ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਇਸ ਮੌਕੇ ਮੈਡੀਕਲ ਕੈਂਪ ਵੀ ਲਗਾਏ ਗਏ ਨੇ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਮੌਕੇ ਢਾਡੀ ਜਥਾ ਭਾਈ ਬਲਬੀਰ ਸਿੰਘ ਜੀ ਭੱਠਲ, ਬੀਬੀ ਸਰਬਜੀਤ ਕੌਰ ਜੀ, ਬੀਬੀ ਰੁਪਿੰਦਰ ਕੌਰ ਜੀ, ਕਥਾ ਵਾਚਕ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ, ਰਾਗੀ ਭਾਈ ਅਮਨਦੀਪ ਸਿੰਘ ਜੀ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਅਤੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਨਿਊ ਪਨਵੇਲ ਦੇ ਸਕੱਤਰ ਸਰਦਾਰ ਹਰਵਿੰਦਰ ਸਿੰਘ ਜੀ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ ਦੇ ਸਾਬਕਾ ਸਕੱਤਰ ਸਰਦਾਰ ਅਮਰੀਕ ਸਿੰਘ ਜੀ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ ਦੇ ਸਾਬਕਾ ਸਕੱਤਰ ਸਰਦਾਰ ਬਲਵਿੰਦ ਸਿੰਘ ਸੀਰਾ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ ਦੇ ਸਕੱਤਰ ਸਰਦਾਰ ਜਸਪਾਲ ਸਿੰਘ ਜੀ ਅਜਮਾਨੀ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ ਦੇ ਜਥੇਦਾਰ ਸਰਦਾਰ ਸਤਪਾਲ ਸਿੰਘ ਜੀ ਬਹਿਲ ਵੀ ਖਾਸ ਤੌਰ ਤੇ ਮੌਜੂਦ ਰਹੇ। ਅਮਰਜੀਤ ਸਿੰਘ ਜੀ ਵਾਸ਼ੀ ਗੁਰਦੁਆਰਾ ਦੇ ਮੁੱਖ ਸੇਵਾਦਾਰ, ਨਾਨਕਸ਼ਾਹੀ 556 ਨਵਾਂ ਸਾਲ ਸਾਰੇ ਹੀ ਜਗਤ ਨੂੰ, ਜਿੰਨੇ ਸੰਸਾਰ ਦੇ ਵਿੱਚ ਨਾਮ ਲੇਵਾ ਜਗਤ ਵਿੱਚ ਪ੍ਰਾਣੀ ਰਹਿੰਦੇ ਹਨ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰਾਂ ਨੇ ਕਿਰਪਾ ਕੀਤੀ, ਨਵੀਂ ਮੁੰਬਈ ਦੇ ਸੁਪਰੀਮ ਕੌਂਸਲ ਦੇ ਸਹਿਯੋਗ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ 3 ਦਿਨ ਦੇ ਸਮਾਗਮ ਜੋ ਲੀਕੇ ਸਨ, ਸਤਿਗੁਰਾਂ ਨੇ ਜੋ ਸਾਡੀ ਸੋਚ ਸੀ ਉਹ ਤੋਂ ਕਈ ਗੁਣਾ ਜ਼ਿਆਦਾ ਇਹ ਚੜ੍ਹਦੀ ਕਲਾ ਵਿੱਚ ਸਮਾਗਮ ਹੋਏ। ਢਾਡੀ ਜਥੇ, ਰਾਗੀ ਜਥੇ, ਨਾਲ ਹੀ ਨਾਲ ਕਥਾਵਾਚਕ ਸੰਗਤਾਂ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਚਾਹ ਨਾਸਤੇ ਦੀਆਂ ਸੇਵਾਵਾਂ, ਲੰਗਰਾਂ ਦੀਆਂ ਸੇਵਾਵਾਂ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ। ਮੈਡੀਕਲ ਕੈਂਪ ਨਾਲ ਲਗਾਏ ਗਏ, ਹੋਰ ਵੀ ਬਹੁਤ ਜੋ ਜਿੰਨੀ ਹੋ ਸਕੇ ਸਾਰਿਆਂ ਨੇ ਸੇਵਾ ਕੀਤੀ। ਸਤਿਗੁਰ ਕਿਰਪਾ ਕਰਨ, ਸਾਨੂੰ ਇਸ ਤਰ੍ਹਾਂ ਹੀ ਸਾਡੇ ਕੋਲੋਂ ਇਹ ਸੇਵਾਵਾਂ ਲੈਂਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਨਾਨਕ ਸ਼ਾਹੀ ਸੰਮਤ 556 ਨਵਾਂ ਸਾਲ ਸਿੰਘ ਸਭਾ ਗੁਰਦੁਆਰਾ ਸਾਹਿਬ ਵਾਸ਼ੀ ਨੇ ਬੜੇ ਹੀ ਉਤਸ਼ਾਹ ਦੇ ਨਾਲ ਖੁੱਲ੍ਹੇ ਪੰਡਾਲਾਂ ਦੇ ਵਿੱਚ ਮਨਾਇਆ, ਜਿਸ ਵਿੱਚ 3 ਦਿਨ ਦੇ ਕੀਰਤਨ ਸਮਾਗਮ ਰੱਖੇ ਗਏ, ਜਿਸ ਵਿੱਚ ਕਿ ਸੰਗਤ ਨੇ ਬੜੀ ਹੀ ਚੜ੍ਹਦੀ ਕਲਾ ਵਿੱਚ ਹਾਜ਼ਰੀਆਂ ਭਰੀਆਂ ਅਤੇ ਇਸ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਅਰਦਾਸ ਦੇ ਨਾਲ ਸ਼ੁਰੂ ਕੀਤੀ ਹੈ। ਅਸੀਂ ਸਾਰੇ ਹੀ ਜਿੰਨੇ ਵੀ ਸੇਵਾਦਾਰ ਟੀਮਾਂ ਅੱਜ ਇੱਥੇ ਸੇਵਾ ਕਰ ਰਹੀਆਂ ਸਨ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਨਵੀਂ ਮੁੰਬਈ ਸੁਪਰੀਮ ਕੌਂਸਲ ਅਤੇ ਨਵੀਂ ਮੁੰਬਈ ਦੇ ਸਾਰੇ ਹੀ ਗੁਰਦੁਆਰੇ ਸਾਹਿਬ, ਜਿਨ੍ਹਾਂ ਨੇ ਆਪਣੇ ਮਨ ਧੰਨਤਾ ਨਾਲ ਸਾਰੇ ਗੁਰੂ ਘਰਾਂ ਨੇ ਸੇਵਾ ਕੀਤੀ ਹੈ, ਅਸੀਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿੰਘ ਸਭਾ ਗੁਰਦੁਆਰਾ ਵਾਸ਼ੀ ਦਾ, ਜਿਹਨੇ ਕਿ ਇਸ ਉਪਰਾਲੇ ਦੀ ਖੁੱਲ੍ਹੇ ਪੰਡਾਲਾਂ ਵਿੱਚ ਸ਼ੁਰੂਆਤ ਕਰਾਈ ਹੈ ਅਤੇ ਆਸ ਕਰਦੇ ਹਾਂ ਕਿ ਅੱਗੇ ਚੱਲ ਕੇ ਵੀ ਇਹ ਸਮਾਗਮ ਜੋ ਹਨ ਉਹ ਖੁੱਲ੍ਹੇ ਪੰਡਾਲਾਂ ਦੇ ਵਿੱਚ ਵਧੀਆ ਤਰੀਕੇ ਨਾਲ ਮਨਾਏ ਜਾਣ, ਜਿਸ ਤਰ੍ਹਾਂ ਕਿ ਆਪਣੇ ਅਗਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਸਾਡੇ ਨਵੇਂ ਸਾਲ ਜਿਹੜੇ ਆ ਉਹ ਕਿਸ ਸਮੇਂ ਦੇ ਵਿੱਚ ਹੁੰਦੇ ਨੇ ਅਤੇ ਰਲ ਮਿਲ ਕੇ ਸਾਰੀਆਂ ਸੰਗਤਾਂ ਹੀ ਆਪਸੀ ਭਾਈਚਾਰਾ ਪਿਆਰ ਮਿਲਾਪ ਬਣਾ ਕੇ ਸਮਾਗਮ ਲਿਖਣ। ਅਤੇ ਅਸੀਂ ਸਿੱਖ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਵੀ ਹਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਕੇ
ਇਹ ਸਾਡੇ ਨਾਲ ਸਹਿਯੋਗ ਕਰਕੇ ਪ੍ਰੋਗਰਾਮਾਂ ਨੂੰ ਲਾਈਵ ਕਰਦੇ ਨੇ। ਆਸ ਕਰਦੇ ਹਾਂ ਕਿ ਗੁਰੂ ਮਹਾਰਾਜ ਸਾਹਿਬ ਦੇ ਚੜ੍ਹਦੀ ਕਲਾ ਦੇ ਨਾਲ ਸਾਲ ਬਤੀਤ ਕਰੇ। ਦਾਸ ਬਲਵੰਤ ਸਿੰਘ ਸੀਰਾ ਸਮੂਹ ਸਾਧ ਸੰਗਤ ਨੂੰ ਨਾਨਕਸ਼ਾਹੀ ਨਵੇਂ ਸੰਮਤ 556 ਦੀਆਂ ਰਮਤਾਂ ਦੀਆਂ ਲੱਖ ਲੱਖ ਵਧਾਈਆਂ ਹੋਣ। ਇਹ ਵਾਸ਼ੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਸਿੰਘ ਸਭਾ ਵਾਸ਼ੀ ਵੱਲੋਂ ਪਿਛਲੇ 9 ਸਾਲਾਂ ਤੋਂ ਨਵਾਂ ਸੰਮਤ ਨਾਨਕਸ਼ਾਹੀ ਜੋ ਮਨਾਇਆ ਜਾਂਦਾ ਸੀ, ਔਰ ਇਹ ਮਨਾਉਣ ਦੀ ਸ਼ੁਰੂਆਤ ਵਾਸ਼ੀ ਗੁਰਦੁਆਰਾ ਸਾਹਿਬ ਵਿਖੇ ਹੀ ਅੱਜ ਤੋਂ 9 ਸਾਲ ਪਹਿਲਾਂ ਹੋਈ। ਇਸ 10 ਸਾਲ ਪੂਰੇ ਹੋਣ ਦੇ ਉੱਤੇ ਸੰਕਲਪ ਕੀਤਾ ਕਿ ਇਸ ਨੂੰ ਖੁੱਲ੍ਹੇ ਪੰਡਾਲ ਦੇ ਵਿੱਚ ਜੋ ਹੈ ਮਨਾਇਆ ਜਾਏ, ਔਰ ਇਹ ਇੱਕ ਬੜਾ ਹੀ ਸ਼ਲਾਘਾਯੋਗ ਉਪਰਾਲਾ ਸੀ। ਔਰ ਨਵੀਂ ਮੁੰਬਈ ਦੇ ਸਮੂਹ ਸਾਧ ਸੰਗਤ ਨੇ, ਨਵੀਂ ਮੁੰਬਈ ਦੀਆਂ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ, ਸੁਪਰੀਮ ਕੌਂਸਲ ਨੇ, ਸਾਰਿਆਂ ਨੇ ਭਰਵਾਂ ਸਹਿਯੋਗ ਦਿੱਤਾ, ਸਹਿਯੋਗ ਕੀਤਾ, ਔਰ ਸਾਰੀਆਂ ਸੇਵਾਵਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸੋ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਰਦਾਰ ਜਸਪਾਲ ਸਿੰਘ ਸਕੱਤਰ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ, ਇਹ ਜੋ ਸਮਾਗਮ ਹੋਏ ਹਨ, ਇਸ ਦਾ ਮਕਸਦ ਜੋ ਨਵਾਂ ਸੰਮਤ ਅੱਜ ਆਰੰਭ ਹੋਇਆ ਹੈ, ਉਸਨੂੰ ਸਿੱਖ ਬੰਦ ਦੇ ਵਿੱਚ ਚੜ੍ਹਦੀ ਕਲਾ ਵਿੱਚ ਪ੍ਰਚਾਰ ਕਰਨਾ, ਜੋ ਕਿ ਅਸੀਂ ਇਹ ਸੋਚਦੇ ਹਾਂ ਪਿਛਲੇ 10 ਸਾਲਾਂ ਤੋਂ, ਅਸੀਂ ਇਹ 9 ਸਾਲਾਂ ਤੋਂ ਪ੍ਰੋਗਰਾਮ ਕਰ ਰਹੇ ਹਾਂ। ਇਹ 10ਵਾਂ ਜੋ ਪ੍ਰੋਗਰਾਮ ਹੋਇਆ ਹੈ ਆਪ ਜੀ ਦੇ ਚੈਨਲ ਦੇ ਰਾਹੀਂ, ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਹੈ, ਇਸ ਦਾ ਜੋ ਪ੍ਰਚਾਰ ਹੈ ਬੜੀ ਆਸਾਨੀ ਨਾਲ ਸਾਡੀ ਕੌਮ ਵਿੱਚ ਹੋਏਗਾ। ਔਰ ਆਸ ਹੈ ਆਉਣ ਵਾਲੇ ਦਿਨਾਂ ਵਿੱਚ ਇਹ ਜੋ ਨਵਾਂ ਸਾਲ ਹੈ ਸਾਡਾ, ਪੂਰੀ ਕੌਮ ਮਨਾਏ ਚੜ੍ਹਦੀ ਕਲਾ ਵਿੱਚ। ਇੱਕ ਵਾਰ ਫਿਰ ਸਾਰੀ ਸੰਗਤ ਨੂੰ, ਸਾਰੇ ਸੰਸਾਰ ਦੀ ਸੰਗਤ ਨੂੰ ਨਵੇਂ ਸੰਮਤ ਦੀ ਬਹੁਤ ਬਹੁਤ ਵਧਾਈ ਹੋਵੇ। ਬਾਲ ਸਿੰਘ ਜੀ ਫਰਾਮ ਵਾਸ਼ੀ ਗੁਰਦੁਆਰਾ ਤੋਂ, ਇਹ ਜਿਹੜਾ 556ਵਾਂ ਸਾਲ ਚਾਲੂ ਹੋਇਆ ਚੇਤ ਦੇ ਮਹੀਨੇ ਦਾ, ਸੰਮਤ ਨਾਨਕਸ਼ਾਹੀ ਸੰਮਤ 556, ਬਹੁਤ ਹੀ ਚੜ੍ਹਦੀ ਕਲਾ 'ਚ ਮਨਾਇਆ ਗਿਆ। 9 ਸਾਲਾਂ ਤੋਂ ਅਸੀਂ ਲੋਕ ਵਾਸ਼ੀ ਗੁਰਦੁਆਰੇ ਤੋਂ ਮਨਾ ਰਹੇ ਸੀ, ਵਾਸ਼ੀ ਗੁਰਦੁਆਰੇ ਦੇ ਅੰਦਰ ਹੀ। ਅਤੇ ਹੁਣ ਜਿਹੜਾ 10ਵਾਂ ਸਾਲ ਇਹ ਸਾਡੇ ਪ੍ਰਧਾਨ ਸਾਹਿਬ ਦੀ ਕੋਸ਼ਿਸ਼ ਨਾਲ, ਔਰ ਵਾਸ਼ੀ ਦੀ ਸਾਧ ਸੰਗਤ ਦੇ ਸਹਿਯੋਗ ਨਾਲ, ਨਿਊ ਬੰਬੇ ਦੇ ਗੁਰਦੁਆਰਿਆਂ ਦੇ ਸਹਿਯੋਗ ਨਾਲ, ਸੁਪਰੀਮ ਕੌਂਸਲ ਦੇ ਬੈਨਰ ਥੱਲੇ ਅਸੀਂ ਬਾਹਰ ਵੱਡੇ ਪੰਡਾਲ ਹੀ ਕੀਤਾ ਹੈ, ਔਰ ਬੜੀ ਚੜ੍ਹਦੀ ਕਲਾ 'ਚ ਹੋਇਆ, ਬੜੀ ਚੜ੍ਹਦੀ ਕਲਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਅਮਰੀਕ ਸਿੰਘ ਜੱਗੀ ਵਾਸ਼ੀ ਗੁਰਦੁਆਰਾ ਸੇਵਾ ਕਰ ਰਹੇ ਨੇ। ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਇਹ ਅੱਜ ਤੱਕ ਅਸੀਂ ਲੋਕ, ਸਾਡੀ ਸੰਗਤ ਦੇ ਇਲਾਵਾ ਵੀ ਕਈ ਹੋਰ ਜੋ ਅਦਰ ਕਮਿਊਨਿਟੀਜ਼ ਨੇ, ਉਹ ਵੀ ਬੜੇ ਭੁਲੇਖੇ ਸਨ ਕਿ ਨਵਾਂ ਸਾਲ ਜਿਹੜਾ ਹੈ ਸਾਡਾ ਵਿਸਾਖੀ 'ਤੇ ਹੈ। ਪਿਛਲੇ 10 ਸਾਲ ਤੋਂ ਲਗਾਤਾਰ ਵਾਸ਼ੀ ਗੁਰਦੁਆਰਾ ਸਾਹਿਬ ਨਾਨਕਸ਼ਾਹੀ ਨਵਾਂ ਸੰਮਤ ਬੜੀ ਚੜ੍ਹਦੀ ਕਲਾ 'ਚ ਮਨਾ ਰਿਹਾ ਹੈ। ਐਤਕੀ ਜੋ ਸੇਵਾ ਪੰਡਾਲੀ 'ਚ ਕੀਤੀ ਗਈ ਹੈ, ਇਹਦੇ ਨਾਲ ਜੋ ਸਾਡੇ ਪੂਰੇ ਨਵੀਂ ਮੁੰਬਈ ਦੇ ਨੋਡ ਦੇ ਬੱਚੇ ਯੰਗਸਟਰ ਤੋਂ ਜੁੜੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਖੁਲਾਸਾ ਹੋਇਆ ਕਿ ਸਾਡਾ ਨਵਾਂ ਸਾਲ ਜਿਹੜਾ ਹੈ ਉਹ ਨਾਨਕਸ਼ਾਹੀ ਨਵਾਂ ਸੰਮਤ ਹੈ, ਨਾ ਕਿ ਵਿਸਾਖੀ ਹੈ। ਔਰ ਆਪਣੀ ਜਿਹੜੀ ਜਨਰੇਸ਼ਨ ਹੈ, ਜਿਹੜੇ ਯੰਗਸਟਰਸ ਨੇ, ਉਹਨਾਂ ਸਾਰਿਆਂ ਨੂੰ ਅਸੀਂ ਇਸ ਦਿਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।